ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਆਪਣੇ ਯੂਟਿਊਬ ਚੈਨਲ 'ਤੇ। ਅਤੇ ਸਵੇਰ ਦੇ 9 ਵੱਜ ਰਹੇ ਹਾਂ ਅਤੇ ਮੈਂ ਗੁਲਾਬੋ ਨੂੰ ਅਤੇ ਗੁਲਾਬੋ ਦੇ ਬੱਚੇ ਨੂੰ ਵੇਖਣ ਆਇਆ ਸੀ। ਅਤੇ ਮੇਰਾ ਇਹ ਸ਼ੁਰੂ ਤੋਂ ਰੂਟੀਨ ਇਹ ਰਿਹਾ ਕਿ ਆਪਾਂ ਸਵੇਰੇ ਸਵੇਰੇ ਨਹੀਂ ਗੁਲਾਬੋ ਨੂੰ ਰੋਟੀ ਜ਼ਰੂਰ ਖਿਲਾਉਂਦੇ ਹਾਂ। ਯਾਰ ਮੈਂ ਕੁੱਤਿਆਂ ਨੂੰ ਰੋਟੀ ਪਾਉਣ ਹੁੰਦਾ ਹੈ ਨਾ, ਅਤੇ ਨਾਲ ਦੀ ਨਾਲ ਗੁਲਾਬੋ ਨੂੰ ਰੋਟੀ ਖਾਂਦਾ। ਲੈ ਗੁਲਾਬੋ, ਅਤੇ ਇਹ ਵੀ ਬਹੁਤ ਮਜ਼ੇ ਨਾਲ ਰੋਟੀ ਖਾਂਦੀ ਹੈ। ਅਤੇ ਇਸ ਵਲੋਗ 'ਚ ਆਪਾਂ ਨਾਂ ਦੱਸਾਂਗੇ ਕਿ ਵਿਛੇਰੇ ਦਾ ਕੀ ਰੱਖਿਆ ਹੈ। ਲਓ ਜੀ, ਅਤੇ ਆਪਾਂ ਦੱਸ ਦਿਆਂਗੇ ਆਪਾਂ ਵਿਛੇਰੇ ਦਾ ਕੀ ਨਾਂ ਰੱਖਿਆ ਹੈ। ਆਪਾਂ ਵਿਛੇਰੇ ਦਾ ਨਾਂ ਅੰਬਰ ਰੱਖਿਆ ਹੈ, ਕਿਉਂਕਿ ਆਪਣੇ ਕੋਲ 2017 ਦੇ ਵਿੱਚ ਵੀ ਇੱਕ ਘੋੜਾ ਹੁੰਦਾ ਸੀ ਅਤੇ ਉਹਦਾ ਨਾਂ ਅੰਬਰ ਸੀ, ਅਤੇ ਉਹ ਵੀ ਆਪਾਂ 2-3 ਸਾਲ ਰੱਖਿਆ। ਅਤੇ ਕਮੈਂਟਾਂ ਵਿੱਚ ਬਹੁਤ ਹੀ ਲੋਕਾਂ ਨੇ ਸੁਜੈਸ਼ਨ ਦਿੱਤਾ, ਜਿਵੇਂ ਕਿਸੇ ਨੇ ਹੀਰਾ ਕਿਹਾ, ਕਿਸੇ ਨੇ ਸ਼ਾਨ, ਅਤੇ ਪਰ ਆਪਾਂ ਇਹ ਨਾਂ ਇਸ ਕਰਕੇ ਰੱਖਿਆ ਕਿਉਂਕਿ ਆਪਾਂ ਪਹਿਲਾਂ ਵੀ ਘੋੜਾ ਦੇ ਰਹੇ ਸੀ, ਉਹਦਾ ਨਾਂ ਵੀ ਅੰਬਰ ਸੀ। ਅਤੇ ਬਾਕੀ ਚੈੱਕ ਕਰੋ ਤੁਸੀਂ, ਹੁਣ ਇਹ ਸ਼ਰਾਰਤੀ ਬਹੁਤ ਹੋ ਗਿਆ ਅਤੇ ਅੱਜ 10-11 ਦਿਨ ਦਾ ਹੋ ਗਿਆ ਇਹ। ਅਤੇ ਗੁਲਾਬੋ ਨੂੰ ਬਹੁਤ ਤੰਗ ਕਰਦਾ ਏ। ਅੰਬਰ ਆਹ ਦੇਖੋ, ਹੁਣ ਨਾਮ ਤੋਂ ਬੁਲਾਏ ਤੋਂ ਆਉਣ ਵੀ ਲੱਗਿਆ ਏ, ਖੜਦਾ ਬਹੁਤ ਸੋਹਣਾ ਏ। ਅੱਛਾ ਚੈੱਕ ਕਰੋ ਇਹ ਦੇਖੋ, ਅੰਬਰ। ਅਤੇ ਆਪਾਂ ਇਹ ਜਿਹੜਾ ਝੁੱਲ ਜਿਹਾ ਦਿੱਤਾ ਇਹਦੇ ਰੋਜ਼ ਖੋਲ੍ਹ ਦਿੰਦਾ ਏ, ਆਪਾਂ ਨੂੰ ਦੁਬਾਰਾ ਤੋਂ ਦੁਬਾਰਾ ਵੰਡਣਾ ਪੈਂਦਾ ਏ, ਕਿਉਂਕਿ ਬਹੁਤ ਸ਼ਰਾਰਤਾਂ ਕਰਦਾ ਏ, ਧਨੀਆਂ ਜੀ ਤੋੜ ਦਿੰਦਾ ਏ, ਹੱਥ ਨਹੀਂ ਲਾਉਣ ਦਿੰਦਾ, ਫੁਰਤੀ ਬਹੁਤ ਆ ਵਿਛੇਰੇ 'ਚ। ਅਤੇ ਆਪਾਂ ਅਗਲੇ ਬਲੌਗ 'ਚ ਤੁਹਾਨੂੰ ਉਹ ਵੀ ਦੱਸਾਂਗੇ ਕਿ ਆਪਾਂ ਗੁਲਾਬੋ ਦੀ ਡਾਇਟ ਚੇਂਜ ਕੀਤੀ ਹੈ ਅਤੇ ਕੀ ਖਿਲਾਉਂਦੇ ਹਾਂ, ਅਤੇ ਇਹਨੂੰ ਖਿਲਾਉਣਾ ਸ਼ੁਰੂ ਕੀਤਾ ਹੈ ਕਿ ਨਹੀਂ। ਲਓ ਜੀ, ਕਰੋ ਜੀ ਚੈੱਕ, ਜਿਹੜਾ ਆਪਣੇ ਕੋਲ 2017 ਦੇ ਵਿੱਚ ਘੋੜਾ ਸੀ ਅਤੇ ਜਿਹਦਾ ਨਾਂ ਅੰਬਰ ਸੀ, ਅਤੇ ਇਹਦੇ ਨਾਂ 'ਤੇ ਆਪਾਂ ਜਿਹੜਾ ਹੁਣ ਆਪਣੇ ਕੋਲ ਵਿਛੇਰਾ ਹੈ ਉਹਦਾ ਨਾਂ ਰੱਖਿਆ ਹੈ। ਅੰਬਰ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਹੈ ਅਤੇ ਕਦੇ ਕਦੇ ਲੱਤਾਂ ਹੀ ਮਾਰਦਾ, ਜਿਵੇਂ ਆਪਾਂ ਇਹਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਗੁਲਾਬੋ ਨੂੰ ਵੀ ਬਹੁਤ ਜ਼ਿਆਦਾ ਤੰਗ ਕਰਦਾ ਹੈ, ਦੇਖੋ ਅਤੇ ਪੱਲੀ ਨੂੰ ਹੁਣ ਚੱਬ ਰਿਹਾ ਹੈ ਅਤੇ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕਰਦਾ ਹੈ। ਪਹਿਲਾਂ ਵੀ ਇੱਕ ਦਿਨ ਇਹ ਬਾਹਰ ਨਿਕਲ ਗਿਆ ਸੀ ਅਤੇ ਆਪਾਂ ਫਿਰ ਅੰਦਰ ਕੀਤਾ ਹੈ ਅਤੇ ਇੱਥੇ ਡੰਡੇ ਲਾਏ ਨੇ ਆਪਾਂ ਇਸੇ ਕਰਕੇ। ਅੰਬਰ ਹੱਟਦਾ ਤੂੰ, ਅਤੇ ਬਹੁਤ ਜ਼ਿਆਦਾ ਸ਼ਰਾਰਤੀ ਹੈ। ਆਹ ਦੇਖੋ ਗੁਲਾਬੋ ਵੇਖ ਰਹੀ ਹੈਗੀ ਮੈਨੂੰ ਕੁਛ ਖਾਣੇ ਨੂੰ ਮਿਲ ਜਾਵੇ, ਅਤੇ ਹੁਣ ਕੱਖ ਮੈਂ ਹੁਣ ਪਾਵਾਂਗਾ ਥੋੜ੍ਹੀ ਦੇਰ 'ਚ। ਅਤੇ ਆਪਾਂ ਦੂਜੀ ਸ਼ਾਮ ਵਾਲੀ ਡਾਇਟ ਤੁਹਾਨੂੰ ਬਲੌਗ 'ਚ ਦੱਸਾਂਗੇ ਜੀ, ਕਿੱਦਾਂ ਆਪਾਂ ਕੀ ਰੂਟੀਨ ਕੀਤਾ ਅਤੇ ਕੀ ਚੇਂਜ ਕੀਤਾ, ਕੀ ਵਿੱਚ ਐਡ ਕੀਤਾ ਹੈ। ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਤਾਂ ਵੱਧ ਤੋਂ ਵੱਧ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਇਸ ਨਾਲ ਬੰਦੇ ਨੂੰ ਬਹੁਤ ਹੀ ਹੌਸਲਾ ਮਿਲਦਾ ਹੈ। ਆਹ ਦੇਖੋ ਅੰਬਰ ਦੁੱਧ ਪੀ ਰਿਹਾ ਹੁਣ, ਅਤੇ ਗੁਲਾਬੋ ਜਮ੍ਹਾਂ ਹੀ ਖਾਣ 'ਤੇ ਜੀ ਨਹੀਂ ਮੰਨਦੀ, ਆਰਾਮ ਨਾਲ ਖੜੀ ਰਹਿੰਦੀ ਹੈ। ਤੁਸੀਂ ਹੋਰ ਵੇਖਿਆ ਹੁਣ, ਹੋਰ ਘੋੜੀਆਂ ਲਾਗ ਵੀ ਲੱਗਣ ਦਿੰਦੀ ਬੱਚੇ ਦੇ, ਅਤੇ ਕੁਝ ਨਹੀਂ ਕਹਿੰਦੀ ਆਪਾਂ ਨੂੰ ਇਹ। ਆਹ ਦੇਖੋ ਅੰਬਰ, ਅਤੇ ਝੁੱਲ ਨਾਲ ਪਤਾ ਨਹੀਂ ਕੀ ਬਹਿ ਰਿਹਾ, ਹਰ ਵਾਰ ਤਾਰ ਦਿੰਦਾ, ਰੋਜ਼ ਆਪਾਂ ਨੂੰ ਸੈੱਟ ਕਰਨਾ ਪੈਂਦਾ ਇਹ।